ਬਲਵਿੰਦਰ ਸਿੰਘ, ਪਿੰਡ ਘੋੜੇਵਾ, ਜ਼ਿਲ੍ਹਾ ਗੁਰਦਾਸਪੁਰ, ਹਾਲ ਵਾਸੀ ਛਿਆਟਾ, ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਮੈਨੂੰ ਹਾਰਟ ਦੀ ਪ੍ਰੋਬਲਮ ਸੀ, ਮੇਰੇ ਕੋਲ ਤੁਰਿਆ ਨਹੀਂ ਸੀ ਜਾ ਰਿਹਾ। ਸੌ ਗੱਜ ਮੈਂ ਚੱਲਦਾ ਸੀ, ਲੇਕਿਨ ਮੈਨੂੰ ਦਰਦ ਹੋਣ ਲੱਗਦੀ ਸੀ ਅਤੇ ਮੈਂ ਬੈਠ ਜਾਂਦਾ ਸੀ। ਮੈਨੂੰ ਹੈਲਪ ਵਾਸਤੇ ਮੈਨੂੰ ਆਪਣੇ ਬੱਚਿਆਂ ਦੀ ਜ਼ਰੂਰਤ ਪੈਂਦੀ ਸੀ। ਮੈਂ ਛਾਟਾ ਬੀ ਐਲ ਕਪੂਰ ਕੋ ਹਸਪਤਾਲ ਵਿੱਚ ਮੈਂ ਦਵਾਈ ਖਾ ਰਿਹਾ ਸੀ, ਲੇਕਿਨ ਮੇਰੀ ਪ੍ਰੋਬਲਮ ਜ਼ਿਆਦਾ ਵੱਧ ਗਈ। ਫਿਰ ਮੈਨੂੰ ਡਾਕਟਰ ਬੀ ਐਲ ਕਪੂਰ ਹੋਣਾ ਨੇ ਮੈਨੂੰ ਡਾਕਟਰ ਯਾਦਵਿੰਦਰ ਸਿੰਘ ਕੋਲ ਭੇਜਿਆ ਵੀ ਉਹਨਾਂ ਕੋਲ ਜਾ ਕੇ ਆਪਣਾ ਚੈੱਕਅਪ ਕਰਾਓ। ਡਾਕਟਰ ਯਾਦਵਿੰਦਰ ਨੇ ਮੇਰੇ ਸਾਰੇ ਟੈਸਟ ਲਏ, ਜਿਸ ਵਿੱਚ ਮੈਨੂੰ ਆਇਆ ਵੀ ਤੁਹਾਡੇ ਹਾਰਟ ਦੀਆਂ 3 ਨਾਲਾਂ ਜਿਹੜੀਆਂ ਬਲੋਕ ਹਨ। ਪਰ ਉਹਨਾਂ ਦੇ ਡਾਕਟਰ ਸਵਰਾਜ ਸਰੂਪਾਲ ਹੋਰਾਂ ਨੂੰ ਮੇਰਾ ਕੇਸ ਉਹਨਾਂ ਨੂੰ ਦੇ ਦਿੱਤਾ। ਡਾਕਟਰ ਸਰੂਪਾਲ ਹੋਰਾਂ ਨੇ ਮੇਰਾ ਬਾਈਪਾਸ ਸਰਜਰੀ ਕੀਤੀ। ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਅਤੇ ਹੁਣ ਮੈਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆ ਰਹੀ। ਤੋ ਹੁਣ ਮੈਂ ਚੱਲ ਸਕਦਾ ਹਾਂ, ਸਾਹ ਵੀ ਮੇਰਾ ਸਹੀ ਚੱਲ ਰਿਹਾ ਹੈ ਅਤੇ ਮੈਂ ਆਪਣੇ ਆਪ ਨੂੰ ਹੁਣ ਤੰਦਰੁਸਤ ਸਮਝਦਾ ਹਾਂ। ਮੈਨੂੰ ਅਮਨਦੀਪ ਮੈਡੀਸਿਟੀ ਦੇ ਵਿੱਚ ਬਹੁਤ ਵਧੀਆ ਵੇਖਣ ਨੂੰ ਮਿਲਿਆ, ਜਿਸ ਵਿੱਚ ਸਫਾਈ ਅਤੇ ਹੋਰ ਸਾਧਨ ਜਿਹੜੇ ਆ ਬਹੁਤ ਵਧੀਆ ਚੱਲ ਰਹੇ ਹਨ। ਜੋ ਅਟੈਂਡੈਂਟ ਜਿਹੜੇ ਬਹੁਤ ਵਧੀਆ ਡੀਲਿੰਗ ਕਰਦੇ ਹਨ। ਇਸ ਵਾਸਤੇ ਮੈਂ ਸਾਰਿਆਂ ਲੋਕਾਂ ਆਪਣੇ ਜਿਹਨਾਂ ਨੂੰ ਇਸ ਹਾਰਟ ਦੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇੱਥੇ ਹਸਪਤਾਲ ਆਓ ਅਤੇ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਾਓ। ਮੈਂ ਡਾਕਟਰ ਸਵਰੂਪ ਸਵਰਾਜਪਾਲ ਬੋਲ ਰਿਹਾ ਹਾਂ। ਐਕਚੁਲੀ ਜਬ ਬਲਵਿੰਦਰ ਜੀ ਆਏ ਥੇ ਹਮਾਰੇ ਪਾਸ, ਉਨਕੋ ਕਾਫੀ ਬੜਾ ਹਾਰਟ ਅਟੈਕ ਆ ਚੁੱਕਾ ਥਾ। ਐਂਜੀਓਗ੍ਰਾਫੀ ਕੀ ਗਈ ਥੀ, ਐਂਜੀਓਗ੍ਰਾਫੀ ਮੈਂ ਤਿੰਨੋਂ ਨਸੇ ਤੋ ਕ੍ਰਿਟਿਕਲੀ ਬਲੋਕ ਥੀ, ਲੇਕਿਨ ਨਸੋਂ ਮੈਂ ਕੈਲਸ਼ੀਅਮ ਵੀ ਕਾਫੀ ਜ਼ਿਆਦਾ ਥਾ ਔਰ ਇਸ ਵਜ੍ਹਾ ਸੇ ਐਕਚੁਲੀ ਐਂਜੀਓਪਲਾਸਟੀ ਨਹੀਂ ਹੋ ਪਾਈ। ਤੋ ਜਬ ਇਹਨੇ ਬਤਾਇਆ ਗਿਆ ਕਿ ਇਨਕੋ ਹਾਰਟ ਕਾ ਆਪਰੇਸ਼ਨ ਲਗੇਗਾ ਤੋ ਕਾਫੀ ਡਰ ਗਏ ਥੇ। ਓਬਵੀਅਸਲੀ ਜੈਸੀ ਬਾਤ ਹੈ, ਬਾਈਪਾਸ ਸੇ ਤੋ ਲੋਕ ਡਰਤੇ ਹੈ, ਲੇਕਿਨ ਕਿਉਂਕਿ ਕੈਲਸ਼ੀਅਮ ਜ਼ਿਆਦਾ ਥਾ, ਐਂਜੀਓਪਲਾਸਟੀ ਵਾਲੀ ਆਪਸ਼ਨ ਥੀ ਨਹੀਂ ਔਰ ਇਨਕੋ ਡਾਇਬਿਟੀਜ਼ ਹੈ। ਡਾਇਬਿਟੀਜ਼ ਕੇ ਮਰੀਜ਼ੋ ਮੈਂ ਯੂਸ਼ਲੀ ਬਾਈਪਾਸ ਹਮੇਸ਼ਾ ਬੈਸਟ ਰਿਜ਼ਲਟਸ ਦੇਤਾ ਆਇਆ ਹੈ ਓਵਰ ਅ ਪੀਰੀਅਡ ਆਫ ਟਾਈਮ। ਤੋ ਹਮੇ ਯੇ ਸਮਝਾਇਆ ਉਹਨੇ, ਆਈ ਥਿੰਕ ਵੋ ਇੱਕ ਦੋ ਦਿਨ ਇਟ ਟੁੱਕ ਹਿਮ ਸਮ ਟਾਈਮ ਕਿ ਮੁਝੇ ਬਾਈਪਾਸ ਕਰਾਨਾ ਹੈ, ਲੇਕਿਨ ਫਿਰ ਇੱਕ ਬਾਰ ਵੋ ਮਾਨ ਗਏ ਕਿ ਬਾਈਪਾਸ ਕੀ ਜ਼ਰੂਰਤ ਹੈ ਤੋ ਆਪਰੇਸ਼ਨ ਹੋ ਗਿਆ। ਆਪਰੇਸ਼ਨ ਕੇ ਬਾਅਦ ਵੀ ਉਨਕੀ ਰਿਕਵਰੀ ਕਾਫੀ ਅੱਛੀ ਹੋਈ ਔਰ ਅਭੀ ਯੇ ਬੈਠੇ ਹੈ ਆਪਕੇ ਸਾਥ। ਤੋ ਆਈ ਥਿੰਕ ਆਈ ਐਮ ਪ੍ਰੀਟੀ ਹੈਪੀ ਕਿ ਅਭੀ ਆਪਰੇਸ਼ਨ ਕੇ ਬਾਅਦ ਅਭੀ ਆਲਮੋਸਟ 3 ਮੰਥਸ ਹੋ ਗਏ, ਇਜ਼ ਪਰਫੈਕਟਲੀ ਫਾਈਨ। ਤੋ ਇਸ ਸੇ ਬੜੀ ਬਾਤ ਔਰ ਕਿਆ ਹੋ ਸਕਤੀ ਹੈ ਹਮਾਰੇ ਲੀਏ। ਸੋ ਥੈਂਕ ਯੂ ਸੋ ਮਚ।